ਤੇ ਮਤ ਖਿਆਲ ਕਰੋ ਕਿ ਇੱਥੋਂ ਦੇ ਗੁਰਦੁਆਰੇ ਢਾ ਕੇ ਦੇਸ਼ ਨੂੰ ਮਹਬੂਤ ਕਰ ਲਓਗੇ 인ਦਰਾ ਗਾਂਧੀ ਦੇ ਕਤਲ ਤੋਂ ਬਾਅਦ 인ਦਰਾ ਗਾਂਧੀ ਦੇ ਕਤਲ ਦਾ ਮਤਲਬ ਸੀ ਕਿ ਸਿੱਖਾਂ ਤੇ ਉਹਨਾਂ ਨੇ ਭਾਜੀ ਚਾੜੀ ਖਾਂਦੇ ਆਪਣੇ ਇਤਿਹਾਸ ਨੇ ਆਪਣਾ ਫਰਜ ਆਦਾ ਕੀਤਾ ਉਹ 6000 ਨੂੰ ਕਿਹਨੇ ਮਾਰਿਆ ਉਹ 6000 ਦਾ ਕਤਲ ਦਾ ਕੌਣ ਦੋਸ਼ੀ ਕੌਣ ਹੈ ਤੇ ਇਹ ਇੱਕ ਸੰਦੀਪ ਨਾਮ ਦਾ ਬੰਦਾ ਇਹ ਗੱਲ ਬੋਲ ਰਿਹਾ ਤੇ ਉਹ ਕਹਿੰਦਾ ਕਿ ਗੁਰਦੁਆਰੇ ਜਿਹੜੇ ਨਸੂਰ ਆ ਤੇ ਇਸ ਨਸੂਰ ਨੂੰ ਖਤਮ ਕਰ ਦੇਣਾ ਚਾਹੀਦਾ ਆ ਗਾਂਧੀ ਦੇ ਡਾਂਢੀ ਮਾਰਚਾਂ ਨੇ ਦੇਸ਼ ਦੀ ਇਜਾਦੀ ਨਹੀਂ ਕਰਾਈਗੀ ਕਿ ਇੰਦਰਾ ਗਾਂਧੀ ਨੇ ਗੁਰਦੁਆਰਾ ਢਾਇਆ ਸੀ ਤੇ ਅੱਜ ਇੰਦਰਾ ਦਾ ਹਸ਼ਰ ਵੇਖ ਲਓ ਉਹਦੇ ਪੁੱਤਰ ਦਾ ਹਸ਼ਰ ਵੇਖ ਲਓ ਉਹਦੇ ਪੋਤਰੇ ਦਾ ਹਸ਼ਰ ਵੇਖ ਲਓ ਉਹਦੀ ਪਾਰਟੀ ਦਾ ਹਸ਼ਰ ਵੇਖ ਲਓ ਦੇਖੋ ਬੜੀ ਇੱਕ ਸ਼ਰਮਨਾਕ ਜੀ ਗੱਲ ਆ ਜਿਹਦੇ 'ਚ ਮੈਂ ਸ਼ਰਮਿੰਦਾ ਹਾਂ ਕੀ ਜਦੋਂ ਕਾਂਗਰਸ ਨੇ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਜੋ ਵਿਤਕਰਾ ਕੀਤਾ ਉਹਦੇ ਹਾਲੇ ਜ਼ਖਮ ਸਾਡੇ ਜਿਵੇਂ ਕਹਿੰਦੇ ਨਾ ਵੀ ਉਹ ਹਾਲੇ ਸੁੱਕੇ ਨਹੀਂ ਐ ਨਾ ਕਿਤੇ ਮਲਮ ਦਿਖਾਈ ਦਿੰਦੀ ਐ ਉਹਦੀ ਵੀ ਗੱਲ ਕਰ ਲੈਣਾ ਕਿ ਅੱਜ ਸਾਡਾ ਰਾਜਾ ਵੜਿੰਗ ਜਿਹੜਾ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਉਹ ਮੱਧ ਪ੍ਰਦੇਸ਼ ਜਾ ਕੇ ਇੱਕ ਝੂਠ ਬੋਲ ਰਿਹਾ ਕਹਿੰਦਾ ਜੀ ਕਮਲਨਾਥ ਜਿਹੜੇ ਆ ਉਹਨਾਂ ਦਾ ਸਿੱਖਾਂ ਦੀ ਉਸ ਨਸਲ ਕੁਸ਼ੀ ਦੇ ਸਮੇਂ ਤੇ ਸਿੱਖਾਂ ਤੇ ਹੋਏ ਹਮਲੇ ਤੇ ਕਿਸੇ ਤਰ੍ਹਾਂ ਦਾ ਕੋਈ ਰੋਲ ਨਹੀਂ ਆ ਬੜਾ ਮੈਨੂੰ ਅਫਸੋਸ ਆ ਮੈਂ ਦਸਤਾਰ ਦਾ ਸਤਿਕਾਰ ਕਰਦਾ ਗੁਰੂ ਨੇ ਬਖਸ਼ੀ ਆ ਪਰ ਮੈਂ ਇਹ ਕਹਿਣ ਲੱਗਿਆ ਕਿਸੇ ਨੂੰ ਗੁੱਸਾ ਨਾ ਲੱਗੇ ਕਿ ਪਾਗ ਵਿੱਚ ਸਿਰ ਫਸਾ ਕੇ ਕੁਝ ਜਿਹੜੇ ਸਿੱਖ ਆ ਆਪਣੇ ਕੁਝ ਲੋਕ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਨੁਮਾਇੰਦੇ ਕਹਾਉਂਦੇ ਆ ਤੇ ਮੈਂ ਰਾਜੇ ਬੜੰਗ ਨੂੰ ਇਹ ਗੱਲ ਕਰਨੀ ਕਿਉਂ ਆਇਆ ਕਿ ਰਾਜਾ ਤੂੰ ਸੀ ਤਾਂ ਜੰਮੇ ਨੂੰ 4 ਸਾਲ ਹੀ ਹੋਏ ਹੋਣੇ ਆ 40 ਸਾਲ ਹੋ ਗਏ ਆ ਅਜੇ ਤੱਕ ਉਹ ਜ਼ਖਮ ਅੱਲੇ ਨੇ ਜਿਹੜਾ ਕਮਲਨਾਥ ਆ ਇਹ ਕਮਲਨਾਥ ਯੋਧਾ ਆਗੂ ਸੀ ਤੇ ਤੁਹਾਡੇ ਵੱਡੇ ਵਡੇਰੇ ਜਿਹਦੇ ਵਿੱਚ ਮੈਂ ਕਹਿ ਲਿਆ ਵੀ ਰਜੀਵ ਗਾਂਧੀ ਦਾ ਬਾयां ਹੱਥ ਸੀ ਤੇ ਜਦੋਂ ਰਜੀਵ ਗਾਂਧੀ ਨੇ ਇਹ ਗੱਲ ਕਹੀ ਸੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇੰਦਰਾ ਗਾਂਧੀ ਦੇ ਕਤਲ ਦਾ ਮਤਲਬ ਸੀ ਕਿ ਸਿੱਖਾਂ ਤੇ ਉਹਨਾਂ ਨੇ ਬਾਜੀ ਚਾੜੀ ਜੋ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਦੇ ਆਪਣੇ ਇਤਿਹਾਸ ਨੇ ਆਪਣਾ ਫਰਜ਼ ਆਦਾ ਕੀਤਾ ਸਿੱਖਾਂ ਨੇ ਉਸ ਗੱਲ ਦਾ ਬਦਲਾ ਲਿਆ ਇਹ ਇਸ ਗੱਲ 'ਚ ਨਾ ਕੋਈ ਸ਼ਰਮ ਆ ਤੇ ਨਾ ਕੋਈ ਆਪਣੇ ਆਪ ਦੇ ਵਿੱਚ ਕਿਸੇ ਤਰ੍ਹਾਂ ਦਾ ਲੋਕਲ ਪਾਰਟ ਆ ਜੋ ਸਿੱਖਾਂ ਦੇ ਇਤਿਹਾਸ ਨੇ ਦਰਹਾਇਆ ਪਿਛਲੇ ਸਮੇਂ ਦਰਹਾਇਆ ਉਹ ਹੁਣ ਵੀ ਦਰਹਾਇਆ ਕਿਉਂਕਿ ਸਿੱਖਾਂ ਦਾ ਇਤਿਹਾਸ ਜਿਹੜਾ ਉਹ ਜਿਉਂਦਾ ਜਗਦਾ ਇਤਿਹਾਸ ਆ ਉਦੋਂ ਜੀਵ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਜਦ ਬੜਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਆ ਸਿੱਖਾਂ ਦਾ ਕਤਲੇਆਮ ਹੋਇਆ ਦੇਸ਼ ਦੀ ਜਿਹੜੀ ਆ ਐਫ ਆਈ ਆਰ ਜਾਂ ਉਸ ਕਾਨੂੰਨ ਦੀ ਕਿਤਾਬ ਵਿੱਚ 6000 ਦਾ ਜ਼ਿਕਰ ਆਉਂਦਾ ਮੈਂ ਕਹਿੰਦਾ 6000 ਹੀ ਮੰਨ ਲਈਏ ਤਾਂ ਉਹ 6000 ਨੂੰ ਕਿਹਨੇ ਮਾਰਿਆ ਉਹ 6000ਾਂ ਦਾ ਕਤਲ ਦਾ ਕੌਣ ਦੋਸ਼ੀ ਕੌਣ ਆ ਭਾਵੇਂ ਕਿ ਪਿਛਲੇ ਸਮੇਂ ਚ ਕੁਝ ਬੀਜੇਪੀ ਨਾਲ ਸਾਂਝ ਕਰਕੇ ਕਾਲੀਦਾਨ ਨਾਲ ਉਦੋਂ ਇਹ ਬੰਦੇ ਫੜੇ ਗਏ ਸੱਜਣ ਕੁਮਾਰ ਵਰਗੇ ਅੰਦਰ ਹੋ ਗਏ ਪਰ ਅੱਜ ਮੈਨੂੰ ਅਫਸੋਸ ਆ ਕਿ ਇਸ ਗੁਰੂਆਂ ਪੀਰਾਂ ਦੀ ਧਰਤੀ ਤੋਂ ਕਿਨਾ ਆਪਣੇ ਆਪ ਨੂੰ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਕੋਣ ਵਾਲਾ ਬੰਦਾ ਐਡਾ ਵੱਡਾ ਝੂਠ ਬੋਲ ਰਿਹਾ ਤੇ ਕਮਲਨਾਥ ਨੂੰ ਉੱਥੇ ਇਸ ਕਤਲਾਂ ਤੋਂ ਤੇ ਇਸ ਨਰ ਸੰਘਾਰ ਦੇ ਵਿੱਚੋਂ ਇਹ ਬਰੀ ਕਰ ਰਿਹਾ ਬਹੁਤ ਮਾੜੀ ਗੱਲ ਆ ਇਸ ਗੱਲ ਦਾ ਵੱਡਾ ਅਫਸੋਸ ਆ ਪਰ ਸਿੱਖ ਜਿਹੜੇ ਆ ਇਸ ਗੱਲ ਨੂੰ ਪੂਰਨ ਤੌਰ ਤੇ ਸਮਝਦੇ ਆ ਇਹ ਸਿੱਖਾਂ ਦੀ ਨਸਲ ਖੁਸੀ ਜਿਹਨੇ ਕੀਤੀ ਸੀ ਉਸ ਤੋਂ ਬਾਅਦ ਕੱਲ ਦੇ ਦਿਨ ਦੀ ਇੱਕ ਬਹੁਤ ਮਾੜੀ ਤਸਵੀਰ ਆ ਬੜਾ ਮਨ ਨੂੰ ਦੁੱਖ ਹੋ ਰਿਹਾ ਇਸ ਗੱਲ ਦਾ ਦੁੱਖ ਇਸ ਗੱਲ ਤੇ ਹੋ ਰਿਹਾ ਕਿ ਕੋਈ ਬੰਦਾ ਕੋਈ ਰਾਜਨੀਤਿਕ ਗੱਲ ਕਰੇ ਕੋਈ ਵਿਸ਼ਵਾਸ ਦਵਾਵੇ ਕੋਈ ਉਹ ਤੋਂ ਵਿਸ਼ਵਾਸ ਘਾਤ ਕਰੇ ਪਰ ਇੱਕ ਮੰਚ ਸਜਾਇਆ ਹੋਇਆ ਜਿਸ ਮੰਚ ਦੇ ਉੱਤੇ ਬੀਜੇਪੀ ਆਪਣੀਆਂ ਵੋਟਾਂ ਮੰਗ ਰਹੀ ਆ ਤੇ ਉਸ ਮੰਚ ਦੇ ਉੱਤੇ ਜਿਹੜੇ ਸਿੱਖ ਸਨਾਤਨੀ ਮੁੱਖ ਮੰਤਰੀ ਆ ਯੋਗੀ ਅਦਿੱਤਿਆਨਾਥ ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਆ ਚੰਗੀ ਗੱਲ ਆ ਕਿ ਉਹ ਗੁਰਦੁਆਰੇ ਵੀ ਜਾਂਦੇ ਆ ਗੁਰੂ ਦਾ ਦਿਨ ਵੀ ਮਨਾਉਂਦੇ ਆ ਤੇ ਇਹ ਧਰਮ ਦੇ ਵਿੱਚ ਆਸਥਾ ਤੇ ਵਿਸ਼ਵਾਸ ਰੱਖਦੇ ਆ ਕਿਉਂਕਿ ਉਹ ਇੱਕ ਧਾਰਮਿਕ ਆਗੂ ਆ ਉਹਦੇ ਬੈਠਿਆਂ ਤੋਂ ਸਟੇਜ ਤੇ ਇੱਕ ਸੰਦੀਪ ਨਾਮ ਦਾ ਬੰਦਾ ਇਹ ਗੱਲ ਬੋਲ ਰਿਹਾ ਤੇ ਮੈਂ ਉਹਨੂੰ ਕਹਦੇ ਆ ਕਿ ਬਕਵਾਸ ਕਰ ਰਿਹਾ ਕਿ ਉਹ ਕਹਿੰਦਾ ਕਿ ਜਿਹੜੇ ਗੁਰਦੁਆਰੇ ਆ ਇਹ ਜਿਹੜੇ ਕਿਉਂਕਿ ਉਹਦੇ ਵਿਰੋਧੀ ਜਿਹੜਾ ਖੜਾ ਵਾ ਉਹਦੇ ਵਿਰੋਧੀ ਨੇ ਗੁਰਦੁਆਰਾ ਸਾਹਿਬ ਬਣਾਉਣ ਵਿੱਚ ਮਦਦ ਕੀਤੀ ਹੋਣੀ ਆ ਮੈਂ ਨਹੀਂ ਜਾਣਦਾ ਕੌਣ ਆ ਤੇ ਉਹ ਕਹਿੰਦਾ ਕਿ ਗੁਰਦੁਆਰੇ ਜਿਹੜੇ ਨਸੂਰ ਆ ਤੇ ਇਸ ਨਸੂਰ ਨੂੰ ਖਤਮ ਕਰ ਦੇਣਾ ਚਾਹੀਦਾ ਤੇ ਮੈਨੂੰ ਹੈਰਾਨੀ ਇਸ ਗੱਲ ਦੀ ਉਹਦੇ ਬੋਲਣ ਤੇ ਹੈਰਾਨੀ ਤਾਂ ਹੈ ਹੀ ਆ ਉਸ ਤੋਂ ਬਾਅਦ ਹੈਰਾਨੀ ਇਸ ਗੱਲ ਦੀ ਆ ਕਿ ਉੱਥੇ ਜੋਗੀ ਅਦਿੱਤਿਆਨਾਥ ਤੇ ਉਹਦੇ ਜਿਹੜੇ ਸਾਥੀ ਆ ਜਿਹੜੇ ਭਾਜਪਾ ਦੇ ਆਗੂ ਨੇ ਜਿਹੜੇ ਆਪਣੇ ਆਪ ਨੂੰ ਇੱਕ ਸਨਾਤਨ ਧਰਮ ਦੇ ਨਾਲ ਸੰਬੰਧਿਤ ਲੋਕ ਸਮਝਦੇ ਆ ਉਹ ਲੋਕ ਹੱਥ ਤਾਂ ਖੜਿਆ ਕਰਕੇ ਤਾੜੀ ਮਾਰ ਰਿਹਾ ਉਹ ਉਹ ਨਿਜਾ ਹੈ ਉਹ ਇਸ ਦੇਸ਼ ਦੇ ਲਈ ਇੱਕ ਮੈਂ ਸਮਝਦਾ ਕਿ ਇੱਕ ਇੱਕ ਬਹੁਤ ਮਾੜੀ ਤਸਵੀਰ ਹੈ ਕਿ ਇਹ ਦੇਸ਼ ਨੂੰ ਕੀ ਇਸ ਦੇਸ਼ ਦੇ ਲੋਕਾਂ ਨੂੰ ਗੁਰਦੁਆਰੇ ਬਾਰੇ ਜਾਣਕਾਰੀ ਨਹੀਂ ਮੈਂ ਗੱਲ ਦੀ ਮੈਂ ਇਤਿਹਾਸ ਨੂੰ ਇਸ ਕਰਕੇ ਦੱਸਣਾ ਚਾਹਣਾ ਭਾਵੇਂ ਕਿ ਇਸ ਨੂੰ ਇਹ ਨਾ ਕਿਹਾ ਜਾਵੇ ਕਿ ਅਸੀਂ ਕਿਸੇ ਦੇ ਧਰਮ ਨੂੰ ਹੀਣ ਹੀਣਾ ਕਰਨ ਦੀ ਗੱਲ ਕਰਦੇ ਹਾਂ ਤਾਂ ਮੈਂ ਇਹ ਗੱਲ ਕਰਦਾ ਕਿ ਜਦੋਂ ਕਸ਼ਮੀਰੀ ਪੰਡਤ ਸੀ ਸਾਡੇ ਲਈ ਕਿਰਪਾ ਰਾਮ ਜੀ ਸਤਿਕਾਰਯੋਗ ਆ ਜਦੋਂ ਉਹ ਗਏ ਕਹਿੰਦੇ ਜਨੇਹੂ ਲੈਣਾ ਸੀ ਤੇ ਕਿੱਥੇ ਗਏ ਸੀ ਉਹ ਗੁਰਦੁਆਰੇ ਗਏ ਸੀ ਉਹ ਗੁਰਤੇਗ ਬਹਾਦਰ ਜੀ ਮਹਾਰਾਜ ਪਾਸ ਗੁਰਦੁਆਰੇ ਗਏ ਸੀ ਮੈਂ ਸੰਦੀਪ ਨੂੰ ਦੱਸਣਾ ਚਾਹਣਾ ਤੇ ਯਾਦ ਕਰਾਉਣਾ ਚਾਹਣਾ ਕਿ ਜੋਗੀ ਜੀ ਤੁਸੀਂ ਜਿਹੜਾ ਕੁਝ ਸੁਣਿਆ ਤੇ ਉਹਤੇ ਤਾੜੀਆਂ ਮਾਰੀਆਂ ਤੁਸੀਂ ਉਹਨੂੰ ਸਮਝਦੇ ਹੋ ਘਟਗਟ ਤਵਾਤ ਹੋਇਓ ਜੀ ਆਸ ਨਹੀਂ ਸੀ ਮੈਂ ਜ਼ਿਕਰ ਕਰਨਾ ਚਾਹਣਾ ਉਸ ਤੋਂ ਬਾਅਦ ਇਤਿਹਾਸ ਦੇ ਵਿੱਚ ਕਿੰਨੀਆਂ ਘਟਨਾਵਾਂ ਆਉਂਦੀਆਂ ਉਹ ਇੱਕ ਦੋ ਘਟਨਾਵਾਂ ਦੀ ਗੱਲ ਕਰਦਾ ਕਸੂਰ ਦਾ ਜਿਹੜਾ ਜਿਹੜਾ ਹਾਕਮ ਸੀ ਉਹ ਇੱਕ ਗਰੀਬ ਬ੍ਰਾਹਮਣੀ ਨੂੰ ਚੁੱਕ ਕੇ ਲੈ ਗਿਆ ਸੀ ਤੇ ਅਕਾਲਪੁਰਖ ਸਾਹਿਬ ਤੇ ਉਹ ਆ ਕੇ ਫਰਿਆਦ ਕੀਤੀ ਤੇ ਕਿੰਨੇ ਸਿੰਘਾਂ ਦਾ ਜਥਾ ਉੱਥੇ ਗਿਆ ਤੇ ਕਿੰਨਿਆਂ ਨੇ ਸ਼ਹਾਦਤ ਦਿੱਤੀ ਉਸ ਦੀ ਬ੍ਰਾਹਮਣੀ ਨੂੰ ਵਾਪਸ ਲਿਆਂਦਾ ਗੁਰੂਕਾਲ ਦੇ ਸਮੇਂ ਦਾ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸ ਬੱਸੀ ਪਠਾਣਾ ਦਾ ਹਾਕਮ ਜਿਹੜਾ ਇੱਕ ਬ੍ਰਾਹਮਣੀ ਨੂੰ ਚੁੱਕ ਕੇ ਲੈ ਗਿਆ ਸੀ ਮਾਫ ਕਰਨਾ ਮੈਂ ਇੱਕੋ ਸ਼ਬਦ ਇੱਕ ਯਾਦ ਨਾਲ ਜੋੜ ਰਿਹਾ ਪਰ ਇਤਿਹਾਸ ਦੀ ਕੜਨਾ ਮੈਂ ਆਪ ਨਹੀਂ ਬਣਾਈ ਹੋਈ ਇਸ ਕਰਕੇ ਇਸ ਗੱਲ ਦਾ ਗਿਲਾ ਨਾ ਕੀਤਾ ਜਾਵੇ ਇਤਿਹਾਸ ਕਦੇ ਵੀ ਕਿਨਾਂ ਉਹਨੂੰ ਤੋੜ ਰੁੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਸ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਗੁਰਦੁਆਰਾ ਹੀ ਆਇਆ ਸੀ ਤੇ ਗੁਰਦੁਆਰੇ ਤੋਂ ਹੀ ਬਾਬਾ ਜੀ ਸਿੰਘ ਜੀ ਨੂੰ 200 ਘੋੜਸਵਾਰ ਕਰਕੇ ਭੇਜਿਆ ਸੀ ਤੇ ਉਹ ਜਿਹੜਾ ਬੱਸੀ ਪਠਾਨਾਂ ਵਾਲਾ ਹਾਕਮ ਸੀ ਉਹਨੂੰ ਸੋਧਾ ਲਾਇਆ ਤੇ ਉਹਨਾਂ ਦੀ ਬ੍ਰਾਹਮਣੀ ਜਿਹੜੀ ਵਾਪਸ ਲਿਆਂਦੀ ਸੀ ਸੋ ਮੈਨੂੰ ਹੈਰਾਨੀ ਏ ਇਸ ਗੱਲ ਦੀ ਗੁਰਦੁਆਰਿਆਂ ਨੂੰ ਤੁਸੀਂ ਮਤਲਬ ਚੰਗੀ ਤਰ੍ਹਾਂ ਜਾਣਦੇ ਹੋ ਇਸ ਦੇਸ਼ ਦੇ ਲੋਕਾਂ ਨੇ ਇਸ ਦੇਸ਼ ਦੇ ਆਗੂਆਂ ਨੇ ਇਹ ਗੱਲ ਕਹੀ ਸੀ 1922 ਦੇ ਵਿੱਚ ਮੋਰਚਿਆਂ ਦੇ ਦੌਰਾਨ ਕਿ ਇਹ ਜਦੋਂ ਅਸੀਂ ਗੁਰਦੁਆਰਾ ਸੁਧਾਰ ਲੜ ਜਿੱਤੀ ਤੇ ਅੰਗਰੇਜ਼ਾਂ ਨੂੰ ਗੁਰਦਾਂ ਤੋਂ ਫਾਰਕ ਕੀਤਾ ਤੇ ਸਾਰੇ ਲੋਕ ਆ ਗਏ ਕਿਉਂਕਿ ਇਹ ਲੋਕ ਲੜਾਈ ਨਹੀਂ ਸੀ ਲੜਨਾ ਜਾਣਦੇ ਆ ਗਾਂਧੀ ਦੇ ਡਾਂਡੀ ਮਾਰਚਾਂ ਨੇ ਦੇਸ਼ ਦੀ ਇਜਾਦੀ ਨਹੀਂ ਕਰਾਈਗੀ ਦੇਸ਼ ਦੀ ਆਜ਼ਾਦੀ ਕਰਾਉਣ ਵਾਲੇ ਫਾਂਸੀਆਂ ਤੇ ਝੂਲਣ ਵਾਲੇ ਲੋਕ ਸੀ ਮੈਂ ਉਹ ਗੱਲ ਪਛੇ ਨਹੀਂ ਜਾਣਾ ਚਾਹੁੰਦਾ ਉਹਨਾਂ ਨੇ ਸਿੱਖਾਂ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਜਿਹੜੀ ਇਹ ਲੜਾਈ ਜਿੱਤੀ ਆ ਇਹ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਅੱਜ ਦੇ ਲੋਕਾਂ ਨੂੰ ਕਿ ਉਹਨਾਂ ਦੀ ਗੱਲ ਨੂੰ ਨਹੀਂ ਪੜਦੇ ਤੇ ਇੱਕ ਹੋਰ ਗੱਲ ਕਹੀ ਸੀ ਇਹ ਵੀ ਸੁਣ ਲੈਣ ਆ ਜਿਹੜੇ ਸੰਦੀਪ ਵਗੈਰਾ ਇਹ ਸਾਰੇ ਸੁਣ ਲੈਣ ਕਿ ਉਹਨਾਂ ਲੀਡਰਾਂ ਨੇ ਕੀ ਕਿਹਾ ਸੀ ਉਹ ਕਹਿੰਦੇ ਜੀ ਸਿੱਖਾਂ ਨੂੰ ਅਸੀਂ ਕਹਿੰਨੇ ਆ ਕਿ ਇਹ ਸਾਰਾ ਦੇਸ਼ ਇੱਕ ਗੁਰਦੁਆਰਾ ਤੇ ਇਸ ਗੁਰਦੁਆਰੇ ਨੂੰ ਆਜ਼ਾਦ ਸਿੱਖਾਂ ਨੇ ਕਰਵਾਉਣਾ ਤੇ ਸਿੱਖਾਂ ਨੇ ਕਰਵਾਇਆ ਉਹ ਇਹ ਗੁਰਦੁਆਰੇ ਤੋਂ ਚੱਲੀ ਲਹਿਰ ਨੇ ਸਿੱਖਾਂ ਨੂੰ ਯਾਦ ਕਰਾਇਆ ਅੱਜ ਜਿਸ ਹਿੰਦੁਸਤਾਨ ਦੇ ਵਿੱਚ ਤੁਸੀਂ ਆਪਣਾ ਝੰਡਾ ਚਲਾ ਰਹੇ ਹੋ ਨਾ ਅੱਜ Hindu ਰਾਸ਼ਟਰ ਬਣਾਉਣ ਦੀ ਗੱਲ ਕਰ ਰਹੇ ਹੋ ਇਹ ਕਿੰਨਾ ਦੇ ਸਿਰ ਤੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਤੇ ਆ ਗੁਰਗੋਬਿੰਦ ਸਿੰਘ ਜੀ ਦੇ ਮਹਾਰਾਜ ਦੀ ਇਸ ਯਾਦੀ ਦੇ ਲਈ ਦਿੱਤੀ ਹੋਈ ਜਿਹੜੀ ਆ ਸਿੱਖ ਦੇ ਸਿਰ ਤੇ ਆ ਗੁਰਤੇਗ ਵਾਧਰ ਜੀ ਮਹਾਰਾਜ ਦੀ ਕੁਰਬਾਨੀ ਦੇ ਸਿਰ ਤੇ ਆ 18ਵੀਂ ਸਦੀ ਦੇ ਸਿੱਖਾਂ ਦੇ ਸਿਰ ਤੇ ਆ ਜਿਨ੍ਹਾਂ ਨੇ ਧੜਮਿਆਂ ਨੂੰ ਇੱਥੋਂ ਭਜਦਾ ਕਰਾਇਆ ਉਹ ਕੌਣ ਸੀ ਉਹ ਗੁਰਦੁਆਰਿਆਂ ਵਾਲੇ ਸੀ ਤੇ ਅੱਜ ਆਪਾਂ ਵੱਡੀ ਗੱਲ ਕਰੀਏ ਦੇਸ਼ ਦੀ ਇਯਾਦੀ ਵੇਲੇ ਕਿੰਨੇ ਗੁਰਦੁਆਰੇ ਵਾਲਿਆਂ ਨੇ ਸੀਸ ਦਿੱਤੇ ਨੇ ਉਹਨਾਂ ਨੂੰ ਤੁਸੀਂ ਛੁਪਾਉਣਾਂ ਦੀ ਕੋਸ਼ਿਸ਼ ਕਰਦੇ ਹੋ ਪਰ ਤੁਸੀਂ ਉਹ ਛੁਪਾ ਨਹੀਂ ਸਕਦੇ ਦੁਨੀਆ ਦੇ ਇਤਿਹਾਸ ਦੀ ਕਿਤਾਬ ਨੂੰ ਮਿਟਾ ਨਹੀਂ ਸਕਦੇ ਤੁਸੀਂ ਆਪਦੇ ਐਨਸੀਆਰਟੀ ਦੇ ਇਤਿਹਾਸ ਦੇ ਵਿੱਚੋਂ 90 ਪੰਨਿਆਂ 'ਚੋਂ 9 ਤੇ ਕਰ ਸਕਦੇ ਹੋ 9 ਤੋਂ ਵੀ ਤੁਸੀਂ ਮਿਟਾ ਸਕਦੇ ਹੋ ਪਰ ਇਤਿਹਾਸ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਕਿਉਂਕਿ ਇਤਿਹਾਸ ਤਾਂ ਦੁਨੀਆ ਦੀ ਹਿੱਕ ਦੇ ਉੱਤੇ ਕਹਿੰਦੇ ਨੇ ਉਕਰਿਆ ਹੋਇਆ ਇਤਿਹਾਸ ਆ ਸਿੱਖਾਂ ਦਾ ਜਿਹੜਾ ਗੁਰਦੁਆਰਾ ਹੈ ਹੁਣ ਗੁਰਦੁਆਰੇ ਨੇ ਇਸ ਦੇਸ਼ ਦੇ ਅੰਦਰ ਕਿੱਡਾ ਵੱਡਾ ਰੋਲ ਅਦਾ ਕੀਤਾ ਜੀ ਜਦੋਂ ਵੀ ਕਿਤੇ ਆਫਤ ਆਈ ਹੈ ਇਹ ਗੁਰਦੁਆਰਾ ਹੀ ਪਹੁੰਚਦਾ ਰਿਹਾ ਮੈਂ ਬੜੀ ਕਿਹਨਾ ਮਾਨ ਵਾਲੀ ਗੱਲ ਕਹਿ ਸਕਦਾ ਹਾਂ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਚੋਂ ਜਹਾਜ਼ਾਂ ਹੀ ਲੰਗਰ ਬਣ ਕੇ ਜੰਮੂ ਕਸ਼ਮੀਰ ਜਦੋਂ ਸ਼੍ਰੀਨਗਰ ਚ ਹੜ ਆਇਆ ਤੇ ਉੱਥੇ ਜਾਂਦਾ ਰਿਹਾ ਤੇ ਉਹਨਾਂ ਨੇ ਮੰਗ ਕੀਤੀ ਕਿ ਗੁਰਦੁਆਰਾ ਇਹ ਗੱਲ ਕਰ ਸਕਦਾ ਦੁਨੀਆ ਦੇ ਕੋਨੇ-ਕੋਨੇ ਵਿੱਚ ਜਦੋਂ ਕਰੋਨਾ ਆਇਆ ਤੇ ਉਸ ਕਰੋਨਾ ਦੇ ਵੇਲੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਸਨਮਾਨ ਦਿੱਤਾ ਗਿਆ ਅੱਜ ਵੀ ਉਹ ਤਸਵੀਰਾਂ ਨਹੀਂ ਪੁੱਲਦੀਆਂ ਉਹਨਾਂ ਦਾ ਸਤਕਾਰ ਕਰਨ ਵਾਲੀ ਇੱਕ ਪੁਲਿਸ ਦੀ ਕਾਰਵਾਈ ਜਿਹੜੀ ਹੈ ਉਹ ਗੁਰਦੁਆਰੇ ਜਾ ਕੇ ਉਹਨੂੰ ਸਲਾਮ ਸਲੂਟ ਕਰਦੀ ਹੈ ਅੱਜ ਗੁਰਦੁਆਰਿਆਂ ਨੇ ਤੁਹਾਡੇ ਲਈ ਕੀ ਮਾੜਾ ਕੀਤਾ ਜੀ ਆ ਦਿੱਲੀ ਵਿੱਚ ਲਾ ਲਓ ਕਿਸੇ ਥਾਂ ਲਾ ਲਓ ਉੱਥੇ ਤੁਹਾਨੂੰ ਸਾਹਾ ਦੇ ਲੰਗਰ ਦਿੱਤੇ ਸਰਕਾਰਾਂ ਫੇਲ ਹੋ ਗਈਆਂ ਹੋਰ ਧਾਰਮਿਕ ਸਥਾਨਾਂ ਨੇ ਦਰਵਾਜ਼ੇ ਬੰਦ ਕਰ ਲਏ ਪਰ ਗੁਰਦੁਆਰਾ ਸਾਹਿਬ ਦਾ ਪਾਸ਼ਾ ਦਰਵਾਜ਼ਾ ਖੁੱਲਾ ਵੀ ਰਿਹਾ ਤੇ ਸੇਵਾ ਵੀ ਕਰਦਾ ਰਿਹਾ ਕੀ ਤੁਹਾਨੂੰ ਇਸ ਗੱਲ ਦੀ ਸ਼ਰਮ ਨਹੀਂ ਆਈ ਕਿੱਡੀ ਸ਼ਰਮਨਾਕ ਗੱਲ ਆ ਕੀ ਅੱਜ ਤੁਸੀਂ ਗੁਰਦੁਆਰੇ ਨੂੰ ਨਸੂਰ ਸਮਝਦੇ ਹੋ ਇਹ ਸੰਧੋਸਤਾਨ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇੰਦਰਾ ਗਾਂਧੀ ਨੇ ਗੁਰਦੁਆਰਾ ਟਾਇਆ ਸੀ ਤੇ ਅੱਜ ਇੰਦਰਾ ਦਾ ਹਸ਼ਰ ਵੇਖ ਲਓ ਉਹਦੇ ਪੁੱਤਰ ਦਾ ਅਸ਼ਰ ਵੇਖ ਲਓ ਉਹਦੇ ਪੋਤਰੇ ਦਾ ਅਸ਼ਰ ਵੇਖ ਲਓ ਉਹਦੀ ਪਾਰਟੀ ਦਾ ਅਸ਼ਰ ਵੇਖ ਲਓ ਕਿਉਂਕਿ ਗੁਰਦੁਆਰੇ ਨਾਲ ਮੱਥਾ ਲਾਇਆ ਸੀ ਜਿਹਨੇ ਵੀ ਗੁਰਦੁਆਰੇ ਨਾਲ ਮੱਥਾ ਲਾਇਆ ਸੋ ਮੈਂ ਅੱਜ ਮੈਂ ਆਸ ਕਰਦਾ ਇਸ ਗੱਲ ਦੀ ਜਿਹੜੇ ਸਾਡੇ ਦਿੱਲੀ 'ਚ ਬੈਠੇ ਜਾਂ ਹੋਰ ਲੋਕ ਬੈਠੇ ਮੈਂ ਫੇਰ ਇਹ ਕਹਿ ਦੇਣਾ ਕਿ ਉਹ ਪੱਗ ਦੇ ਵਿੱਚ ਸਿਰ ਫਸਾ ਕੇ ਸਿੱਖਾਂ ਦੇ ਆਗੂ ਬਣਨ ਨੂੰ ਫਿਰਦੇ ਆ ਤੇ ਉਹਨਾਂ ਨੂੰ ਮੈਂ ਸਵਾਲ ਕਰਦਾ ਇਸ ਗੱਲ ਉਹ ਚਰਦੀ ਸਵੇਰ ਮੋਦੀ ਜਿੰਦਾਬਾਦ ਤੇ ਫਲਾਨੇ ਜਿੰਦਾਬਾਦ ਕਰਨ ਦੀ ਗੱਲ ਕਰਦੇ ਆ ਬੀਜੇਪੀ ਨੇ ਬਹੁਤ ਕੁਝ ਕੀਤਾ ਉਹਨਾਂ ਨੂੰ ਸਵਾਲ ਕਰਦਾ ਸਰਸੇ ਵਰਗਿਆਂ ਨੂੰ ਸਵਾਲ ਕਰਦਾ ਆ ਲਾਲਪਰਾਜੀ ਨੂੰ ਸਵਾਲ ਕਰਦਾ ਨੇ ਘਟ ਗਿਣਤੀ ਵਾਲੇ ਨੇ ਅੱਜ ਘਟ ਗਿਣਤੀ ਦੇ ਗੁਰਦਵਾਰਿਆਂ ਨੂੰ ਢਾਉਣ ਦਾ ਐਲਾਨ ਕੀਤਾ ਗਿਆ ਆ ਰਾਜਸਥਾਨ ਦੀ ਉਸ ਸਟੇਜ ਤੋਂ ਤੇ ਕੀ ਇਸ ਦਾ ਜਵਾਬ ਨਹੀਂ ਦੇਣਗੇ ਤੁਸੀਂ ਜਵਾਬ ਨਾ ਦਿਓ ਪਰ ਜੋ ਗੁਰੂ ਨਾਲ ਤੇ ਗੁਰਦਵਾਰਿਆਂ ਨੂੰ ਢਾਉਣ ਦਾ ਹਸ਼ਰ ਹੋਏਗਾ ਉਸ ਦੀ ਬਾਹਰਤ ਜ਼ਰੂਰ ਪੜ ਲਓ ਸੋ ਅੱਜ ਅਸੀਂ ਇਸ ਗੱਲ ਦੀ ਘੋਰ ਨਿੰਦਾ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਵੱਲੋਂ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਿੱਖ ਬੀਜੇਪੀ 'ਚ ਬੈਠੇ ਆ ਮੈਂ ਇਸ ਗੱਲ ਦੀ ਸਵਾਗਤ ਵੀ ਕਰਦਾ ਵਧਾਈ ਵੀ ਦਿੰਦਾ ਕਿ ਪਿਛਲੇ ਦਿਨੀ ਇੱਕ ਹਰਪੀ ਸਿੰਘ ਨਾਮ ਦਾ ਜਿਹੜਾ ਬੀਜੇਪੀ ਦਾ ਸਿੱਖ ਆ ਉਹ ਦਰਬਾਰ ਸਾਹਿਬ ਆਇਆ ਤੇ ਉਹਨੇ ਆਪਣਾ ਟਵੀਟ ਪਾਇਆ ਆਪਣੀ ਪੋਸਟ ਪਾਈ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਚਾਹੁੰਦਾ ਸਾਨੂੰ ਚੰਗਾ ਲੱਗਾ ਇਹ ਜਿੰਨੇ ਲੋਕ ਬੈਠੇ ਆ ਕੀ ਇਸ ਗੱਲ ਦਾ ਜਵਾਬ ਲੈਣਗੇ ਮੈਂ ਤਾਂ اخਲਾਕੀ ਤੌਰ ਤੇ ਕਹਿੰਦਾ ਕਿ ਇਹ ਦਿੱਤਿਆਨਾਥ ਯੋਗੀ ਜੀ ਇਸ ਗੱਲ ਦਾ ਜਵਾਬ ਦੇਣ ਉਹ ਇੱਕ ਸਨਾਤਨੀ ਨੇ ਇੱਕ ਧਰਮੀ ਲੋਕ ਨੇ ਕਿ ਉਹਨਾਂ ਦੇ ਬੈਠਿਆਂ ਤੋਂ ਗੁਰਦੁਆਰੇ ਨੂੰ ਨਸੂਰ ਤੇ ਢਾਉਣ ਦੀ ਗੱਲ ਕੀਤੀ ਗਈ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਮੈਂ ਮੋਦੀ ਜੀ ਤੋਂ ਵੀ ਆਸ ਕਰਦਾ ਕਿਉਂਕਿ ਮੋਦੀ ਜੀ ਵੀ ਇੱਕ ਸਨਾਤਨੀ ਨੇ ਆਪਣੇ ਆਪ ਨੂੰ ਇੱਕ ਧਰਮ ਦੇ ਤੌਰ ਤੇ ਜਾਣਦੇ ਨੇ ਤੇ ਮਤ ਖਿਆਲ ਕਰੋ ਕਿ ਇੱਥੋਂ ਦੇ ਗੁਰਦੁਆਰੇ ਢਾ ਕੇ ਦੇਸ਼ ਨੂੰ ਮਹਿਫੂਜ਼ ਕਰ ਲਓਗੇ ਦੇਸ਼ ਮਹਿਫੂਜ਼ ਨਹੀਂ ਰਹੇਗਾ ਜਿੰਨੀ ਦੇਰ ਤੱਕ ਗੁਰਦੁਆਰ ਰਹੇਗਾ ਤੇ ਦੇਸ਼ ਬਚੇਗਾ ਜੇ ਗੁਰਦੁਆਰਾ ਢਾਓਗੇ ਤਾਂ ਤੁਸੀਂ ਵੀ ਢਾਓਗੇ ਤੇ ਦੇਸ਼ ਵੀ ਢਾ ਜਾਏਗਾ